ਮਰੇ ਪਿਤਾ ਜੀ ਫੈਰੀ ਦਾ ਕੰਮ ਕਰਦੇ ਸੀ ਜਦੋਂ ਮੈਂ ਪੜਦਾ ਹੀ ਉਹਨਾਂ ਨੇ ਮੇਰੇ ਲਈ ਬਹੁਤ ਮਿਹਨਤ ਕੀਤੀ ਮੈਨੂੰ ਪੜਾਇਆ ਲਿਖਾਇਆ ਉਹਨਾਂ ਸਾਰਿਆਂ ਨੇ ਪੈਸੇ ਥੋੜੇ ਥੋੜੇ ਇਕੱਠੇ ਕਰਕੇ ਮੈਨੂੰ ਐਡਮਿਸ਼ਨ ਲਗਾਈ ਐਮ ਐਸਸੀ 'ਚ ਜਿਨਾ ਕਰਕੇ ਉਹਨਾਂ ਸਾਰਿਆਂ ਨੇ ਪੈਸੇ ਇਕੱਠੇ ਕੀਤੇ ਪੀ ਐਚ ਡੀ 'ਚ ਮੈਨੂੰ ਸਟਾਈਫਲ ਮਿਲਣ ਲੱਗ ਪਿਆ ਫਿਰ ਮੈਂ ਪੀ ਐਚ ਡੀ ਆਪਣੇ ਖਰਚੇ ਲਿਖੋਦ ਕੀਤੀ ਤੇ ਇਹੋ ਤਾਂ ਪਰ ਮੈਂ ਸੌਥ ਕੋਰੀਆ ਯੂ ਐਸਾ ਕੈਨੇਡਾ ਸਰਚ ਕੀਤੀ ਹੁਣ ਹੈ ਬਹੁਤ ਜ਼ਿਆਦਾ ਡਾਊਨ ਟੂ ਅਰਥ ਹੈ ਬਹੁਤ ਜ਼ਿਆਦਾ ਹਾਰਟ ਵਰਕਿੰਗ ਹੈ ਐਂਡ ਆਈ ਵਿਸ਼ ਕਿ ਇਹ ਇੱਕ ਦਿਨ ਨੋਬਲ ਪ੍ਰਾਈਜ਼ ਲੈ ਕੇ ਕੈਨ। ਬਹੁਤ ਫੀ ਰਕਮ ਕਦਰ ਹੈ। ਪਾਸਟਿਕਸ ਮਰਵੇਦਾਰ ਹੈ। ਔਰ ਜਦੋਂ ਐਮ ਐਸ ਕੀਤੀ ਆ ਤੇ ਮੇਰੇ ਕੋਲ ਤਾਂ ਪੈਸੇ ਨਹੀਂ ਸੀ। ਮੇਰਾ ਕਮਾਉਣ ਬੱਚੇ ਨੂੰ ਪੜਾਉਣਾ ਚਾਹਦਾ ਮੈਨੂੰ ਬੈਕ ਚੋਂ ਲੋਨ ਲਾ ਦੋ ਜਾਂ ਚਾਹੇ ਮੈਨ ਪਾਏ ਦਿਓ। ਪਰ ਡਾਕਟਰ ਸਾਹਿਬ ਨੇ ਕਿਹਾ ਕੋਈ ਗੱਲ ਜਦ ਤੱਕ ਪੜਾਵਾ ਲਾਂਗੇ। ਇਹ ਮੇਰਾ ਨਾ ਡਾਕਟਰ ਪਵਨ ਕੁਮਾਰ ਹੈ। मैं अपनी पढ़ाई शुरू की है सरकारी प्रायमरी स्कूल पिंडह तो इस अठवीं तक पढ़ाई की मिडिल स्कूल हल्ला तो उस तुँ बाद मैं अपना टैंथ प्लस टू की मैं गौरमेंट कॉ स्कूल बॉयस गुरदासपुर तो उस तो बाद बी एस सी नॉन मैडिकल की गोरमेंट कॉलेज गुरदासपुर तो फिर एम एस सी इन नैनो सैंस एंड नैनो टेक्नोलॉजी की मैं गुरु द यूनिवर्सिटी तो तो फिर मैं पी एच डी की नैशनल फिजिकल लैबोरेट्री दिल्ली तो उस तुम बाद रिसर्च करने साउथ कोरिया गया से यूनिवर्सिटी साउथ कोरिया एंड दैन एक साल ही मैं रिसर्च कर गया यूनिवर्सिटी ऑफ ओकलामा यूएस फिर मैं दो साल कैनेडा काम किया इंस्टीट्यूट ऑफ साइंटिफिक रिसर्च कैनेडा काम किया क्यूबिक स्टेट उस यूनिवर्सिटी ऑफ विंसर काम किया मैं एक साल हूँ मैं जॉइन किया है नैशनल इंडर नैशनल इंस्टीट्यूट आयरलैंड ਸਾਊਥ ਕੋਰੀਆ ਚ ਮੇਰਾ ਰਿਸਰਚ ਇਹ ਕਿ ਕਿ ਮਟੀਰੀਅਲ ਹੈ ਸੀਜ਼ੀਅਮ ਲੀਡ ਬਰਮਾਈਟ ਜਿਸ ਕਰਕੇ ਲੀਡ ਕਰਕੇ ਟੌਕਸਿਕ ਹੁੰਦਾ ਹੈ ਤੁਹਾਨੂੰ ਕਿਦਾਂ ਟੌਕਸਿਟੀ ਨੂੰ ਘੱਟ ਕੀਤਾ ਜਾ ਸਕਦਾ ਹੈ ਇਹ ਮੇਰਾ ਰਿਸਰਚ ਸੀ ਸਾਊਥ ਕੋਰੀਆ ਚ ਫਿਰ ਯੂਐਚ ਇਹ ਹੀ ਮਟੀਰੀਅਲ ਨੂੰ ਕਿਦਾਂ ਇਕੋ ਫ੍ਰੈਂਡਲੀ ਮਟੀਰੀਅਲ ਨਾਲ ਰਿਪਲੇਸ ਕੀਤਾ ਜਾ ਸਕਦਾ ਹੈ ਰਿਸਰਚ ਮੇਰੀ ਯੂਐਚ ਹੀ ਤੇ ਫਿਰ ਇਸੇ ਕਰਕੇ ਇਕੋ ਫ੍ਰੈਂਡਲੀ ਜਾਂ ਇਕੋ ਫ੍ਰੈਂਡਲੀ ਮਟੀਰੀਅਲ ਨੂੰ ਆਪਾਂ એનર્ਜੀ ਐਪਲੀਕੇਸ਼ਨਸ ਤੇ ਯੂਜ਼ ਕਰ ਸਕਦੇ ਆ ਬੇਸਿਕਲੀ ਸੋਲਰ ਸੈਲ ਜਾਂ ਹਾਈਡਰੋਜਨ ਪ੍ਰੋਡਕਸ਼ਨ ਚ ਇਹ ਮੇਰਾ ਕੰਮ ਕੈਨੇਡਾ ਚ ਰਿਹਾ ਤੇ ਹੁਣ ਮੈਂ ਫਿਰ ਇਨੀਵਿਜ਼ੂਅਲੀਂਕ ਤੇ ਕੰਮ ਆਇਰਲੈਂਡ ਵਿੱਚ ਪੈਨਲ ਵਿੱਚ ਕੋਣ ਕੋਣ ਹੈਗਾ ਤੇ ਕਦੋਂ ਤੁਹਾਡੀ ਵੀ ਜਾਣੀ ਆਇਰਲੈਂਡ ਜੀਰੋ ਪੀ ਯੂਨੀ ਦਾ ਪ੍ਰੋਜੈਕਟ ਹੈ ਜਿਸ ਵਿੱਚ ਕਾਫੀ ਕੰਟਰੀ ਹੈ ਇਟਲੀ ਹੈ ਜਰਮਨੀ ਹੈ ਆਂਗਰੀ ਹੈ ਤੇ ਇਹ ਆਇਰਲੈਂਡ ਹੈ ਚ ਡਿਫਰੈਂਟ ਆਲਮੋਸਟ 40 ਪਲੱਸ ਪੀਪਲ ਕੰਮ ਕਰਦੇ ਆ ਜਿਨਾਂ ਦਾ 7-8 ਲੋਕ ਆਇਰਲੈਂਡ ਦੇ ਮੇਰਾ ਕੰਮ ਹੈ ਮਟੀਰੀਅਲ ਬਣਾਣਾ ਇਨਕ ਜਿਹੜੀ ਇਨਵੀਜ਼ਿਬਲ ਹੋਏ ਐਂਡ ਵਿਜ਼ਿਬਲ ਹੋਏ ਵਿਜ਼ਿਬਲ ਇਨਵੀਜ਼ਿਬਲ ਹੋਏ ਨੋਰਮਲ ਲਾਈਟ ਚ ਪਰ ਵਿਜ਼ਿਬਲ ਹੋਏ ਪਾਰਟੀਕਲਰ ਯੂਵੀ ਲਾਈਟ ਚ ਮੇਰੇ ਪਿਤਾ ਜੀ ਫੈਰੀਦਾ ਕੰਮ ਕਰਦੇ ਜੀ ਜਦੋਂ ਮੈਂ ਪੜਦਾ ਹੀ ਉਹਨੇ ਮੇਰੇ ਲਈ ਬਹੁਤ ਮਿਹਨਤ ਕੀਤੀ ਹੈ ਮੈਨੂੰ ਪੜਾਇਆ ਲਿਖਾਇਆ ਤੇ ਜਦੋਂ ਮੈਂ ਐਮਐਸਸੀ ਐਡਮਿਸ਼ਨ ਲਈ ਉਹਦੋਂ ਉਹਨਾਂ ਕੋ ਪੈਸੇ ਕਾਟੀ ਫੈ ਡਾਕਟਰ ਪੰਨੂ ਹੈ ਗਿਆ ਰੈੱਡ ਕਰਾਸ ਵਾਲੇ ਹੈ ਗਿਆ ਡਾਲਾ ਸਾਹਿਬ ਹੈ ਗਿਆ ਜਾਂ ਰਵਨਬੈਲ ਸਾਹਿਬ ਆ ਗਿਆ ਉਹ થોੜ ਪ੍ਰੋਫੈਸਰ ਖੰਨਾ ਜੀ ਆ ਰਾਮ ਭਗਤ ਉਹਨਾਂ ਸਾਰਿਆਂ ਨੇ ਪੈਸੇ ਥੋੜ-ਥੋੜੇ ਇਕੱਠੇ ਕਰਕੇ ਮੈਨੂੰ ਐਡਮਿਸ਼ਨ ਦਿਵਾਈ ਐਮਐਸਸੀ ਚ ਜਿਨਾ ਕਰਕੇ ਉਹਨਾਂ ਸਾਰਿਆਂ ਨੇ ਪੈਸੇ ਇਕੱਠੇ ਕੀਤੇ ਬੇਸਿਕਲੀ ਡਾਕਟਰ ਪੰਨੂ ਹੈ ਜਿਨ੍ਹਾਂ ਨੇ ਲੀਡ ਕੀਤਾ ਮੈਨੂੰ ਇਸ ਸਭ ਚੀਜ਼ਾਂ ਲਈ ਤੇ ਮੈਂ ਸਾਰਿਆਂ ਦਾ ਧੰਨਵਾਦ ਹੈ ਇਨ੍ਹਾਂ ਨੇ ਮੈਨੂੰ ਐਡਮਿਸ਼ਨ ਦਿਵਾਈ ਉਸ ਤੋਂ ਬਾਅਦ ਮੈਂ ਫਿਰ ਪੀ ਐਚ ਡੀ ਚ ਮੈਨੂੰ ਸਟਾਈਫਰ ਮਿਲਣ ਲੱਗ ਪਿਆ ਫਿਰ ਮੈਂ ਪੀ ਐਚ ਡੀ ਆਪਣੇ ਖਰਚੇ ਲਈ ਖੁਦ ਕੀਤੀ ਹੈ ਤੇ ਉਹ ਤਾਂ ਮੈਂ ਸਾਊਥ ਕੋਰੀਆ ਯੂ ਐਸ ਐ ਕੈਨੇਡਾ ਸਰਚ ਕੀਤੀ ਹੈ ਨੌਜਵਾਨ ਨੂੰ ਕੀ ਕਹਿਣਾ ਚਾਹੁੰਦਾ ਹੈ ਨੌਜਵਾਨ ਨੂੰ ਅਪੀਲ ਕਰਦਾ ਕਿ ਤੁਸੀਂ ਮਿਹਨਤ ਕਰੋ ਮਿਹਨਤ ਤੇ ਵਿਸ਼ਵਾਸ ਰੱਖੋ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਔਰ ਦੂਜਾ ਕਿ ਪੜ੍ਹਾਈ ਲਿਖਾਈ ਤੇ ਧਿਆਨ ਰੱਖੋ ਪੜ੍ਹਾਈ ਬਹੁਤ ਇੰਪੋਰਟੈਂਟ ਹੈ ਸਾਰੇ ਲਈ ਤੇ ਪੜ੍ਹਾਈ ਨੂੰ ਮਿਆਂ ਦਰਿਆ ਕਰਨਾ ਚਾਹੀਦਾ ਤੇ ਪੜੋ ਤੇ ਮਿਹਨਤ ਕਰੋ ਤੇ ਮਨ ਲਾ ਕੇ ਹਰ ਕੰਮ ਕਰੋ ਜੋ ਵੀ ਕਰਨਾ ਚਾਹੁੰਦਾ ਮੈਂ ਫੇਰ ਦਾ ਕੰਮ ਕਰਦਾ ਰਿਹਾ ਪਲਾਸਟਰ ਸਮਾਨ ਵੇਚਦਾ ਰਿਹਾ ਔਰ ਜਦੋਂ ਇਨ ਮੈਸ ਕਿਤੀਆ ਤੇ ਮੇਰੇ ਕੋਲ ਤਾਂ ਪੈਸੇ ਨਹੀਂ ਸੀ ਕਿਉਂਕਿ ਇਹਨੇ ਫੀਸ ਰਿਵੀਜ਼ਨ ਫੀਸ ਪੈਂਦੀ ਆ ਰੀਆਈ ਮੇਰੇ ਕੋਲ ਤੇ 10000 ਰੁਪਏ ਹਸਟਲ ਦਾ ਔਰ ਮੇਰੇ ਕੋਲ ਪੈਸੇ ਨਹੀਂ ਡਾਕਟਰ ਪੰਨੋਣਾ ਮੈਸਿਸ ਨਾਲ ਗੱਲ ਕੀਤੀ ਵੀ ਡਾਕਟਰ ਸਾਹਿਬ ਆਪਾਂ ਬੱਚੇ ਨੂੰ ਪੜਾਉਣਾ ਮੈਂ ਸ਼ਰਾਈ ਵਾਰੀ ਖੁੰਮ ਦਾ ਦਿੱਤਾ ਉਹਦੇ ਕਰਕੇ ਮੇਰਾ ਡਾਕਟਰ ਸਾਹਿਬ ਨਾਲ ਮੇਰਾ ਲਿੰਕ ਹੈਗਾ ਹੀ ਛੂਟੋ ਪ੍ਰਦਾਨ ਹੈ ਜੀ ਉਹਨਾਂ ਨੇ ਮੈਨੂੰ ਕਿਹਾ ਕੀ ਕਰਨਾ ਮੈਂ ਬੱਚੇ ਨੂੰ ਪੜਾਉਣਾ ਚਾਹ ਤੇ ਮੈਨੂੰ ਬੈਂਕ ਚੋਂ ਲੋਨ ਲਾ ਦੋ ਤੇ ਚਾਹ ਮੈਨੂੰ ਪੈਸੇ ਦਿਓ ਪਰ ਡਾਕਟਰ ਸਾਹਿਬ ਨੇ ਕਿਹਾ ਕੋਈ ਗੱਲ ਚਿੰਤਾ ਨਾ ਖੜ ਪੜਾਵਾਗੇ ਫਰਸ ਖੰਨਾ ਬਿਲਾਰ ਮੈਂ ਤੇ ਬਿਟਾ ਮੇਰਾ ਗੇਫਰਸ ਖੰਨਾ ਕੋ ਉਹਨਾਂ ਇਹਨੇ ਪੁੱਛਿਆ ਪਕ ਕੀ ਕੀਤਾ ਤੂੰ ਉਹਨਾਂ ਕਹਿੰਦਾ ਮੈਸੇਜ ਨਾਲ ਟੈਸਟ ਲਈ ਕੀਤਾ ਤੇ ਯਾਰ ਮੈਂ ਨੰਬਰ ਤੇ ਟੈਸਟ ਲਈ ਕਹਿੰਦਾ ਅਸੀਂ ਕੋਟੇ ਚ ਯਾਰ ਮੇ ਚ ਕਰਗਾ ਮੈਂ ਅੰਦਰ ਕੋਈ ਕਰੇਗਾ ਬੱਚਾ ਹਾਂਜੀ ਤੇ ਫਿਰ ਉਹਨਾਂ ਨੇ ਵੀ ਮਦਦ ਕੀਤੀ ਪੈਸੇ ਦੀ ਚਿੰਤਾ ਨਹੀਂ ਕਰਨੀ ਪਾਏ ਐਂ ਦੇਵਾਂਗੇ ਪੜਾ ਦੋ ਉਹਨੂੰ ਅਦਰ ਮੈਂ ਜੇ ਪੜਾਣਾ ਵੀ ਤੂੰ ਹੀ ਮੈਨੂੰ ਪੜਾਉਣਾ ਤੇ ਉਹਨਾਂ ਨੇ ਬਹੁਤ ਸਾਥ ਦਿੱਤਾ ਡਾਕਟਰ ਸਾਹਿਬ ਨੇ ਫਰਸ ਖੰਨਾ ਨੇ ਔਰ ਕੁੰਡਲ ਸਾਹਿਬ ਤੇ ਫਰਮ ਮੋਲਵਾ ਛੋਟੂ ਪ੍ਰਧਾਨੀ ਬਰੌਣ ਬਾਲ ਨੇ ਔਰ ਤਰੋਤ ਸੰਵਕੀਲ ਜਿਹੜੇ ਹਸਤਾਤਿਤ ਨਹੀਂ ਰਹੇ ਉਹਨਾਂ ਵੀ ਮੇਰੀ ਮਤ ਦਿੱਤੀ ਔਰ ਜਿਸ ਬੰਦੇ ਕੋ ਗਿਆ ਬਾਲ ਕਸ਼ਿਮਤਾਲ ਨੇ ਜਿਹਦੇ ਕੋ ਮ ਗਿਆ ਮੈਨੂੰ ਕਿਸੇ ਨਾਲ ਨਾ ਕੀਤੀ ਮੈਂਦਰ ਜਿੱਤ ਨੂੰ ਅਧੀਰਤੀ ਲੋੜ ਪੰਦੀ ਦੀ ਹੁਣ ਤਾਂ ਦੀ ਤਪਨ ਵਜਾ ਮਾਰਦੇ ਦੌੜਾਉਂਦਾ ਰਿਹਾ ਐਦਾ ਐ ਵੀ ਤਰ੍ਹਾਂ ਮਕਦਾ ਹੁਣਾਗੇ ਚਿੰਤਾ ਨਾ ਕਰ ਪੜ ਮੈਂ ਇਹ ਚਾਹਣਾ ਚਾਹੁੰਦਾ ਕਿ ਜਿਹੜੇ ਖਾਸ ਕਰਕੇ ਮਾਸ਼ਾ ਬਰਾਦੀ ਜਿੰਨੇ ਵੀ ਸਾਡੇ ਕੋਈ ਗਰੀਬ ਪਰਿਵਾਰ ਦੇ ਸੰਰਿਆ ਚ ਸਾਡੀ ਬਰਾਦੀ ਦੀ ਕੁ ਸੁਣ ਰਿਹਾ ਉਹ ਬੱਚਿਆਂ ਨੂੰ ਪੜਾਓ 아이 ਪ੍ਰਾਕੇ ਬਣ ਸਕਦੇ ਕੁਝ ਨਾ ਕੁਝ ਤਰੱਕੀ ਹੋ ਸਕਦੀ ਆਪਣੀ ਬਰਾਰੀ ਚ ਵੀ ਅਗਰ ਇਹ ਪੜ੍ਹੇ ਨਹੀਂ ਪੜਾਵੋਗੇ ਨਹੀਂ ਮਾਂ ਪੇ ਉਹਦਾ ਫਰਜ਼ ਬੰਦਾ ਬੱਚੇ ਨੂੰ ਪੜਾਣਾ ਪੜਾ ਕੇ ਤੇ ਫੇਸ ਅਗਲੀ ਜਿਹੜੀ ਪੀੜ੍ਹੀ ਆ ਤਾਂ ਡਿਸਟੈਂਸ ਹੋਣੀ ਆ ਆੜੀ ਬਰਾਜੇ ਤਾਂ ਨਾ ਰੋਚਨਾ ਜੇ ਬੱਚੇ ਪੜਾਵਾਂਗੇ ਤੇ ਈਵਨ ਨਹੀਂ ਇਦਾਂ ਜਿੱਦਾਂ ਇਹ ਬੱਚੇ ਨੂੰ ਪੜਾਇਆ ਤੋ ਇਹ ਵੀ ਸਿੱਖੋ ਕੁਝ ਤਾਂ ਪੜਾਓ ਭਾਵੇਂ ਮਿਹਦੂਰੀਆ 400 ਰੁਪਏ ਦੇ ਲੈਂਦੇ ਪਾ 100 ਰੁਪਏ ਰੱਖ ਕੇ 100 ਰੁਪਏ ਰੱਖ ਕੇ ਮਤਲਬ ਬੱਚਿਆਂ ਦੀ ਪੜਾਈ ਜ਼ਰੂਰ ਕਰੋ ਮੇਰਾ ਨਾਮ ਡਾਕਟਰ ਨਿਕਿਤਾ ਕੁਮਾਰ ਹੈ ਔਰ ਮੈਨੇ ਹਿੰਦੀ ਸਾਹਿਤ ਤੇ ਸੇ ਪੀ ਐਚ ਡੀ ਕੀਤੀ ਹੈ मेरा शोध विषय इक्कीसवीं सदी के हिंदी उपन्यासों में सांस्कृतिक संक्रमण था आपका पवन पवन जी जी के साथ कैसे हुआ और जो की जिंदगी है उसके बारे में क्या जानते इनसे हमारी आ, अरेंज मैरिज हुई है और आ, शादी के बाद ही हमारी थोड़ी बहुत शादी से थोड़ा बहुत पहले बातचीत हुई शादी के बाद और बेसिकली शादी के बाद जानना शुरू किया है तो सिंपल हैं बहुत ज्यादा डाउन टू अर्थ हैं और बहुत ज्यादा हार्ड वर्किंग हैं एंड आई विश कि ये एक दिन नोबल प्राइज लेकर के आए हमारे कंट्री के लिए दैट्स इट आपको पता भी क्या-क्या सर्च कर रहे हैं इनके लिए हां जी वो तो मुझे पता है कैसा लगता है अभी इस मुकाम पे आज पहुंचे हैं बहुत अच्छा लगता है यूथ की बात करें तो यूथ को क्या मैसेज देना चाहते हैं जैसे आप भी ले पीएचडी की है की है मैं यही बोलना चाहूँगी कि पढ़ाई ज़रूर पूरी करें और आ, सिर्फ डिग्री के लिए पढ़ाई मत कीजिए नॉलेज लेने के लिए भी पढ़ाई कीजिए क्योंकि आ, जैसे आ, मेरा पर्सनल एक्सपीरियंस ये है कि मैंने पीएचडी की तो मुझे ये लगा कि मैं बहुत शॉर्ट टेंपर्ड हाइपर थी बट पेशेंस लाता है पढ़ाई और बहुत ज़्यादा चीज़ें आपको सीखने को मिलती हैं लाइफ में भी इट्स नॉट अबाउट कि आप सिर्फ लेसन्स पढ़ रहे हो आ, आपको लाइफ लेसन्स भी बहुत ज़्यादा सीखने को मिलते हैं तो पढ़ाई पूरी करिए प्रॉपरली और माइंड में कहीं ना कहीं बना के रखिए कि आपको आगे क्या करना है तो उसके लिए बेसिकली फोकस करके और कहीं ना कहीं एक मुकाम पर आना बहुत ज़रूरी है आज के टाइम पर तो बहुत ज़रूरी है